ਉਹ ਛੱਡ ਗਏ ਐਵੇਂ ਐਵੇਂ ਕਰਕੇ ਹਨਾ। ਜਦੋਂ ਵੀ ਤੁਹਾਡੀ ਫੈਮਿਲੀ 'ਚ ਕੋਈ ਡਿਵੋਰਸ ਹੁੰਦਾ ਜਾਂ ਸੈਪਰੇਸ਼ਨ ਹੁੰਦੀ ਆ ਹਨਾ, ਤੇ ਤੁਸੀਂ ਹਮੇਸ਼ਾ ਚਾਹੁੰਦੇ ਹੋ ਵੀ ਫੈਮਿਲੀ 'ਚ ਬਹਿ ਕੇ ਨਿਬੜ ਜੇ ਹਨਾ ਸਾਰਾ ਕੁਝ, ਜ਼ਿਆਦਾ ਗਾਹ ਨਾ ਪਵੇ, ਜ਼ਿਆਦਾ ਗੱਲਾਂ ਨਾ ਹੋਣ। ਚਲੋ ਅਸੀਂ ਸੋਸ਼ਲ ਮੀਡੀਆ ਤੇ ਆਏ ਆ, ਆਈ ਨੋ ਕਿ ਗੱਲਾਂ ਹੋਣਗੀਆਂ, ਤੇ ਕਮੈਂਟਸ ਵੀ ਆਉਣਗੇ, ਬੈਡ ਕਮੈਂਟਸ ਵੀ ਆਉਣਗੇ, ਗੁੱਡ ਕਮੈਂਟਸ ਵੀ ਆਉਣਗੇ, ਕਈ ਸਮਝ ਵੀ ਜਾਣਗੇ ਵੀ ਹਾਂ ਵੀ ਜਦੋਂ ਥੋੜਾ ਨਹੀਂ ਚੱਲਦਾ ਸੈਪਰੇਟ ਹੋਣਾ ਵਧੀਆ ਆ, ਕਿਉਂਕਿ ਅਸੀਂ ਤਾਂ ਬਹੁਤ ਜ਼ਿਆਦਾ ਟਰਾਈ ਕੀਤਾ, ਬਹੁਤ ਟਾਈਮ ਤੋਂ ਟਰਾਈ ਕੀਤਾ, ਤੇ ਫਿਰ ਅਸੀਂ ਖੁਦ ਹੀ ਡਿਸਾਈਡ ਕੀਤਾ ਵੀ ਜਦ ਆਪਾਂ ਖੁਸ਼ ਹੀ ਨਹੀਂ ਹੈਗੇ, ਇੱਕ ਜ਼ਿੰਦਗੀ ਮਿਲੀ ਹੈ, ਖੁਸ਼ੀ ਖੁਸ਼ੀ ਲੰਘਾਈਏ ਹਨਾ, ਵੀ ਆਪਾਂ ਸੈਪਰੇਟ ਹੋ ਜਾਂਦੇ ਹਾਂ, ਵੀ ਆਈ ਥਿੰਕ ਇਟਸ ਇਹੀ ਆਪਣੇ ਲਈ ਬੈਟਰ ਹੋਊਗਾ। ਐਂਡ ਕਿਰਤ ਦੀ ਵੀ ਇਸ 'ਚ ਮਰਜ਼ੀ ਆ, ਇਹ ਨਹੀਂ ਹੈਗਾ ਕਿ ਮੈਂ ਖੁਦ ਹੀ ਸਾਰੇ ਡਿਸੀਜਨ ਲਏ ਆ। ਕਾਫੀ ਟਾਈਮ ਤੋਂ ਸਾਰਾ ਕੁਝ ਚੱਲ ਰਿਹਾ ਸੀਗਾ, ਬਟ ਅਸੀਂ ਨਹੀਂ ਚਾਹੁੰਦੇ ਸੀ ਕਿ ਅਸੀਂ ਸਾਰਾ ਕੁਝ ਸੋਸ਼ਲ ਮੀਡੀਆ 'ਤੇ ਲੈ ਕੇ ਆਈਏ, ਕਿਉਂਕਿ ਸਾਡੇ ਤੋਂ ਸਾਨੂੰ ਦੇਖ ਕੇ ਕਾਫੀ ਲੋਕ ਮੋਟੀਵੇਟ ਨੇ, ਕਾਫੀ ਲੋਕ ਖੁਸ਼ ਵੀ ਰਹਿੰਦੇ ਆ, ਕਪਲਸ ਵੀ ਹਨਾ, ਉਹ ਕਿੰਨੇ ਖੁਸ਼ ਰਹਿੰਦੇ ਵੀ ਆਪਾਂ ਕੋਈ ਖੁਸ਼ ਰਹੀਏ, ਤੇ ਅਸੀਂ ਕਿਸੇ ਦਿਲ ਨਹੀਂ ਦਿਖਾਉਣਾ ਚਾਹੁੰਦੇ ਸੀ ਜਿਹੜੇ ਵੀ ਸਾਨੂੰ ਪਿਆਰ ਕਰਦੇ ਸੀਗੇ। ਬਟ ਅਸੀਂ ਸੋਚਿਆ ਵੀ ਨਹੀਂ ਯਾਰ, ਕਿੰਨਾ ਚਿਰ ਇਹ ਚੀਜ਼ਾਂ ਲੁਕਾਉਂਦੇ ਰਵਾਂਗੇ ਹਨਾ, ਵੀ ਆਪਾਂ ਨੂੰ ਡਿਸਕਲੋਜ਼ ਕਰਕੇ ਆਪਾਂ ਨੂੰ ਸੈਪਰੇਟ ਹੋਣਾ ਚਾਹੀਦਾ, ਤੇ ਅਸੀਂ ਖੁਦ ਹੀ ਇਹ ਵੀਡੀਓ ਬਣਾ ਰਹੇ ਹਾਂ। ਤੇ ਪਹਿਲਾਂ ਅਸੀਂ ਬਣਾਉਣਾ ਨਹੀਂ ਚਾਹੁੰਦੇ ਸੀ, ਫਿਰ ਅਸੀਂ ਕਿਹਾ ਨਹੀਂ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ ਨੇ, ਕੋਈ ਹੋਰ ਕੁਛ ਹੋਰ ਬਣਾ ਕੇ ਕਹਿ ਦੂਗਾ, ਫਿਰ ਕੀ ਫਾਇਦਾ ਉਹਨਾਂ ਗੱਲਾਂ ਦਾ। ਸਾਨੂੰ ਪਤਾ ਵੀ ਤੁਸੀਂ ਸਾਰਿਆਂ ਨੇ ਸਾਡਾ ਇੰਨਾ ਸਾਥ ਦਿੱਤਾ ਹਨਾ, ਸਾਰੇ ਮੈਸੇਜ ਕਰਦੇ ਹੁੰਦੇ ਸਵੀਟ ਕਪਲ, ਕਿਊਟ ਕਪਲ ਹਨਾ। ਦ ਥਿੰਗ ਇਸ ਕਿ ਆਪਾਂ ਨੂੰ ਦੂਸਰੇ ਦੀ ਲਾਈਫ 'ਚ ਕੁਛ ਨਹੀਂ ਪਤਾ ਹੁੰਦਾ ਹਨਾ ਕੀ ਚੱਲ ਰਿਹਾ, ਅਤੇ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਵੀ ਅਸੀਂ ਸੈਪਰੇਟ ਹੋ ਰਹੇ ਹਾਂ, ਦੁਨੀਆ ਸੈਪਰੇਟ ਹੁੰਦੀ ਆ, ਆਈ ਥਿੰਕ ਬਾਹਰਲੀ ਕੰਟਰੀਜ਼ 'ਚ ਇਹ ਚੀਜ਼ਾਂ ਜ਼ਿਆਦਾ ਕਾਮਨ ਨੇ। ਅਤੇ ਬਾਕੀ ਖੁਸ਼ ਇਸ ਗੱਲੋਂ ਆ ਵੀ ਅਸੀਂ ਦੋਵਾਂ ਦੀ ਸਹਿਮਤੀ ਨਾਲ ਸੈਪਰੇਟ ਹੋ ਰਹੇ ਹਾਂ, ਵੀ ਸਾਨੂੰ ਕੋਰਟ ਕਚਹਿਰੀਆਂ ਦੇ ਜ਼ਿਆਦਾ ਧੱਕੇ ਖਾਣ ਦੀ ਲੋੜ ਨਹੀਂ ਪੈਣੀ। ਕਦੇ ਸੋਚਿਆ ਨਹੀਂ ਸੀਗਾ ਕਿ ਇਹ ਵੀਡੀਓ ਵੀ ਬਣੂਗੀ, ਮਤਲਬ ਕਾਫੀ ਦੇਰ ਤੋਂ ਸਾਡੀ ਕੁਛ ਚੀਜ਼ਾਂ 'ਤੇ ਬਿਲਕੁਲ ਸਹਿਮਤ ਹੀ ਨਹੀਂ ਹੁੰਦੀ ਸੀ ਹਨਾ, ਅਤੇ ਬਹੁਤ ਜ਼ਿਆਦਾ ਲੜਾਈਆਂ, ਮਤਲਬ ਆਈ ਨੋ ਸੋਸ਼ਲ ਮੀਡੀਆ 'ਤੇ ਹਮੇਸ਼ਾ ਸਾਡੀ ਕਿਊਟ ਕਿਊਟ ਜਿਹੀਆਂ ਵੀਡੀਓਜ਼ ਇੱਦਾਂ ਦੀਆਂ ਅਸੀਂ ਪਾਉਂਦੇ ਰਹੇ ਹਾਂ, ਈਵਨ ਕਿ ਵਲੋਗਸ 'ਚ ਵੀ। ਬਟ ਹੁੰਦਾ ਨਾ, ਮਤਲਬ ਕਿ ਆਪਾਂ ਹਰ ਇੱਕ ਸਾਰਾ ਕੁਛ ਹੀ ਨਹੀਂ ਪਾ ਸਕਦੇ ਹੁੰਦੇ, ਜੋ ਸਾਡੀ ਲਾਈਫ 'ਚ ਪ੍ਰੋਬਲਮ ਹੁੰਦੀ ਹੈ। ਬਟ ਅਸੀਂ ਦੱਸਦੇ ਰਹੇ ਹਾਂ ਹਮੇਸ਼ਾ, ਕਾਫੀ ਵਲੋਗਸ 'ਚ ਦੱਸਿਆ ਵੀ ਹੈ ਵੀ ਸਾਡੀਆਂ ਲੜਾਈਆਂ ਹੁੰਦੀਆਂ ਨੇ, ਬਟ ਅਸੀਂ ਸੋਰਟ ਆਊਟ ਕਰ ਲੈਂਦੇ, ਕਈ ਹੋ ਵੀ ਜਾਂਦੀਆਂ ਸੀ, ਕਈ ਬਹੁਤ ਜ਼ਿਆਦਾ ਵੱਧ ਵੀ ਜਾਂਦੀਆਂ ਸੀ,